ਖਮੋਸ਼ ਨੂੰ ਮੇਰੇ ਦਿਲ 'ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰਾਂਗਲੀ ਇਹ ਦਰਖਤ ਹੂਣ ਹਰੇ ਭਰੇ ਮੈਂ ਸੁਣਾ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ ਇੱਥੇ ਮੇਗ ਆਉਂਦੇ ਵੀ ਮੁੜ ਗਏ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ ਇੱਥੇ ਮੇਗ ਆਉਂਦੇ ਵੀ ਮੁੜ ਗਏ ਇੱਥੇ ਕਰਨ ਅੱਜ ਕੱਲ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ ਮੈਂ ਸੁਣਾ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਾ ਸਲੀਬ ਸਖਤ ਕੁਰਖਤ ਨੂੰ ਨਾ ਤਾਂ ਕੁਰਸੀਆਂ ਨੂੰ ਨਾ ਤਖਤ ਨੂੰ ਨਾ ਸਲੀਬ ਸਖਤ ਕੁਰਖਤ ਨੂੰ ਇਹ ਮਜ਼ਾਕ ਕਰਨ ਦਰਖਤ ਨੂੰ ਬੜੇ ਸਮਝਦਾਰ ਨੇ ਮਸਖਰੇ ਮੈਂ ਸੁਣਾ ਹੁਣੇ ਚੀਰ ਹੁੰਦਿਆਂ ਵੀ ਚੁੱਪ ਰਵੇ ਤਾਂ ਫਿਆਰਿਆਂ ਨੂੰ ਵੀ ਛਾਂ ਦਵੇ ਇਹ ਜੋ ਆਖਦਾ ਸੀ
ਮੈਂ ਬਿਰਖ ਹਾਂ। ਹੁਣ ਵਕਤ ਆਇਆ ਹੈ ਸਿੱਧ ਕਰੇ ਮੈਂ ਸੁਣਾ। ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿੰਮ ਦੀ ਸੋਚਾਂ ਨਿਸ਼ਾਨ ਚੋਂ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿੰਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ਬਾਨ ਚੋਂ ਮੇਰਾ ਤੀਰ ਡਿੱਗ ਪਏ ਉਰੇ ਪਰ ਮੈਂ ਸੁਣਾ। ਮੇਰੇ ਪਿੰਡ ਦੀ ਨੀਂਦ ਨੂੰ ਚੀਰ ਦੀ ਗੱਡੀ ਲੰਘੀ ਜੋ ਰਾਤ ਅਖੀਰ ਦੀ ਮੇਰੇ ਪਿੰਡ ਦੀ ਨੀਂਦ ਨੂੰ ਚੀਰ ਦੀ ਗੱਡੀ ਲੰਘੀ ਜੋ ਰਾਤ ਅਖੀਰ ਦੀ ਟੁੱਟੀ ਨੀਂਦ ਬਿਰਖ ਫਕੀਰ ਦੀ ਪੀਲੇ ਪੱਤੇ ਮੁਸਾਫਿਰ ਉਤਰੇ ਮੈਂ ਸੁਣਾ। ਕੋਈ ਲਫਜ਼ਾਂ ਦੇ ਸਾਕ ਵਿੱਚ ਨਾ ਘੁਟਨ ਸਹੇ ਕਿਸੇ ਵਾਕ ਵਿੱਚ ਕੋਈ ਲਫਜ਼ਾਂ ਦੇ ਸਾਕ ਵਿੱਚ ਨਾ ਘੁਟਨ ਸਹੇ ਕਿਸੇ ਵਾਕ ਵਿੱਚ ਤਦੇ ਝਿਜਕਦਾ ਕੁਛ ਆਖਦਾ ਕੁਛ ਲਿਖਦਿਆਂ ਮੇਰਾ ਮਨ ਡਰੇ। ਕੋਈ ਸਾਕ ਕਦ ਹੈ ਹਮੇਸ਼ ਤੱਕ ਕੋਈ ਸਾਕ ਕਦ ਹੈ ਹਮੇਸ਼ ਤੱਕ ਇੱਕ ਤਾਪਮਾਨ ਵਿਸ਼ੇਸ਼ ਤੱਕ ਜੁੜੇ ਰਹਿਣ ਤੱਤਾਂ ਦੇ ਨਾਲ ਤੱਤ ਫਿਰ ਟੁੱਟ ਕੇ ਹੋ ਜਾਵਣ ਪਰ ਮੈਂ ਸੁਣਾ। ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਬਾਰਤਾਂ ਤਾਂ ਜੋ ਪੱਥਰਾਂ ਦੇ ਵਜੂਦ ਵਿੱਚ ਕੋਈ ਆਤਮਾ ਵੀ ਰਿਹਾ ਕਰੇ।
ਹੈ।